ਸੋ ਮੇਰੇ ਲਈ ਬਹੁਤ ਖੁਸ਼ ਨਸੀਬੀ ਹੈ ਮੇਰੇ ਲਈ ਬਹੁਤ ਕਹਿ ਸਕਦਾ ਮੈਂ ਕਰਮਾ ਵਾਲਾ ਭਾਗਾ ਵਾਲਾ ਜਿਹੜਾ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਬਲੱਡ ਦੇ ਵਿੱਚ ਮੈਨੂੰ ਜਨਮ ਮਿਲਿਆ ਸੋ ਮੈਂ ਬਹੁਤ ਇਸ ਚੀਜ਼ ਨੂੰ ਆਪਣੀ ਲੱਕੀ ਸਮਝਦਾ ਜੀ ਤਾਂ ਮੈਂ ਇਹ ਨਹੀਂ ਕਹਦਾ ਵੀ ਮੈਨੂੰ ਕਬੂਲੋ ਮੈਂ ਇਹ ਚਾਹੁੰਦਾ ਵੀ ਮੇਰੇ ਪਰਿਵਾਰ ਲਈ ਮੇਰੇ ਮਾਮਾ ਜੀ ਲਈ ਮੇਰੇ ਨਾਨਾ ਜੀ ਦੀ ਰੂਹ ਦੀ ਸ਼ਾਂਤੀ ਲਈ ਜੇ ਮੈਨੂੰ ਉਹ ਕਬੂਲ ਤੇ ਆ ਤਾਂ ਮੈਂ ਉਹਨਾਂ ਦਾ ਸਾਰਿਆਂ ਦਾ ਰੀੜੀ ਰਹੂੰਗਾ ਜਦੋਂ ਤੱਕ ਮੇਰਾ ਦਮ ਹੈ ਜਿਹਨੇ ਸਾਹ ਚੱਲਦੇ ਰਹੂਗਾ ਉਹਨਾਂ ਤੋਂ ਡਰ ਬਹੁਤ ਲੱਗਦਾ ਸੀ ਉਹਨਾਂ ਦੀ ਜਿਹੜੀ ਝਾਕਣ ਦੀ ਜਿਹੜੀ ਕਹਿ ਸਕਦੇ ਆ ਜਿਹੜਾ ਸਟਾਈਲ ਸੀ ਉਹਨਾਂ ਦਾ ਦੇਖਣ ਦਾ ਵੀ ਜਿਵੇਂ ਹੁਣ ਆ ਮੈਂ ਐਦਾਂ ਦੇਖ ਰਿਆਂ ਗੱਲ ਕਰ ਰਿਆਂ ਬੰਦਾ ਆਮ ਬੰਦਾ ਉਹਨਾਂ ਦੀ ਅੱਖਵਲ ਨਹੀਂ ਸੀ ਦੇਖ ਸਕਦਾ ਹੈ ਤੂੰ ਤੇ ਤੁਰ ਗਿਆ ਚਨਾ ਜਿੰਦੜੀ ਨੁਰੋਲ ਕੇ ਕਿਸ ਨੂੰ ਸੁਣਾਵਾਂ ਦੁੱਖ ਦਿਲ ਵਾਲੇ ਫੋਲ ਕੇ ਤੂੰ ਤੇ ਤੁਰ ਗਿਆ ਚਨਾ ਤੂੰ ਤੇ ਤੁਰ ਗਿਆ ਚਨਾ ਥੋੜੀ ਝਲਕ ਪੈਣ ਲੱਗ ਜਾਂਦੀ ਜੇ ਤਾਂ ਆਪਾਂ ਕਹਦੇ ਨੇ ਵੀ ਆ ਬੇਟਾ ਜੀ ਇਹ ਤਾਂ ਇਹ ਖੂਬ-ਖੂਬ ਆਪਣੇ ਫਾਦਰ ਵਰਗਾ ਮੈਂ ਚਾਹੇ ਲੱਖ ਉਹਨਾਂ ਦੀ ਭਤੀਜੀ ਦਾ ਬੇਟਾ ਚਾਹੇ ਲੱਖ ਮੈਂ ਦੋਤਾ ਉਹਨਾਂ ਦਾ ਪਰ ਮੈਨੂੰ ਐਂ ਲੱਗਦਾ ਹੁੰਦਾ ਵੀ ਮੈਂ ਬਹੁਤ ਕਰਮਾਂ ਵਾਲਾ ਜਿਹੜਾ ਮੈਂ ਮੈਨੂੰ ਮਾਲਕ ਨੇ ਉਹਨਾਂ ਵਾਲੀ ਗੱਲਬਾਤ ਦੀ ਤਾਫੀਕ ਬਖਸ਼ੀ ਜਿਹੜੇ ਇਹ ਜਿਹੜੀ ਸਟੇਜ ਦੀ ਗੱਲ ਦੱਸਦਾ ਮੇਰੇ ਨਾਨਾ ਜੀ ਦੇ ਚਾਰ ਪੰਜ ਮੇਲੇ ਹੋਏ ਆ ਜਲਾਲਦੀਵਾਲ ਮੈਂ ਸਾਊਂਡ ਕੋਲੇ ਖੜ ਕੇ ਮੁੜਿਆ ਹੁਣਾ ਕਿਤੇ ਐਵੇਂ ਕੋਈ ਤੂੰ ਕੌਣ ਮੈਂ ਖਾਮ ਖਾਕ ਕਿਤੇ ਕੋਈ ਚੜ ਜਾਂਦਾ ਸਟੇਜ ਤੇ ਕਿਤੇ ਕੋਈ ਸਾਨੂੰ ਕੋਈ ਪੁੱਛਦਾ ਹੀ ਨਹੀਂ ਉੱਤੇ ਅੱਜ ਇਹ ਫਲਾਣੇ ਸਿੰਗਰ ਦਾ ਭਤੀਜਾ ਇਹ ਫਲਾਣੇ ਦਾ ਉਹ ਆ ਮੈਂ ਕਹਿੰਦਾ ਜੇ ਦਾਵਾਂ ਲਾਓ 4 ਘੰਟੇ ਸਟੇਜ ਮਿਊਜ਼ੀਸ਼ੀਅਨ ਮੇਰੇ ਸਟੇਜ ਮੇਰੀ ਥਾਂ ਮੇਰਾ ਕੋਈ ਕਰਦਾ ਨਹੀਂ ਗੱਟੀ ਦਾ ਮਤ ਤੇਲ ਦਾ ਵੀ ਖਰਚਾ ਦੇ ਦੂੰ ਜਿਹੜਾ ਜਿਆਦਾ ਆਪਣੇ ਆਪ ਵਿੱਚ ਦਮ ਰੱਖਦਾ ਨਾ ਜਿਹੜਾ ਉੱਥੇ ਸਾਨੂੰ ਪਿੱਛੇ ਕਰਦਾ ਆ ਕੇ ਸਾਡੇ ਸਾਡੇ ਨਾਨੇ ਦੀ ਸਟੇਜ ਸਾਡੇ ਨਾਨੇ ਦੀ ਉੱਥੇ ਮਜਾਰ ਬਣੀ ਹੋਈ ਆ ਅਸੀਂ ਪਿੱਛੇ ਬੈਠੇ ਬੇਟਰ ਵਾਂਗੂ ਉੱਥੇ ਸਾਡਾ ਕੀ ਆ ਉੱਥੇ ਕੁਝ ਵੀ ਨਹੀਂ ਮੈਂ ਕਹਿੰਦਾ ਜਿਹੜਾ ਬੰਦਾ ਇਹ ਚੀਜ਼ ਕਹਿੰਦਾ ਨਾ ਵੀ ਅਸੀਂ ਆਏ ਆ ਜਿਹੜਾ ਉੱਥੇ ਸ਼ੋਅ ਆਫ ਕਰਦਾ ਸਟੇਜ ਤੇ ਆ ਕੇ ਉਹ ਪੰਗਾ ਤਾਂ ਲਵੇ ਫਿਰ ਪ ਐਵੇਂ ਨਹੀਂ ਬੋਲਣਾ ਸਤੇ ਇਤੇ ਐਨੇ ਬੋਲਣਾ ਮੈਂ ਅੱਜ ਮੇਰਾ ਐਟੀਟਿਊਡ ਨਹੀਂ ਹੈ ਮੇਰੀ ਮਿਹਨਤ ਆ ਮੇਰੀ ਮਾਂ ਦਾ ਆਸ਼ੀਰਵਾਦ ਆ ਹੋ ਡੰਗਰ ਰੱਸਾ ਚੱਬਣਾ ਨਾ ਰੋਕਿਆ ਹਟ ਦੇ ਕੁੱਤੇ ਬਹਿ ਗਏ ਰਾਜ ਤੇ ਫਿਰ ਚੱਕੀ ਚੱਟ ਦੇ ਪੱਥਰ ਉੱਤੇ ਬੂੰਦ ਨਾ ਕੋਈ ਅਸਰ ਦਿਖਾਵੇ ਕਦੇ ਬੰਦੇ ਦੀ ਮਾਨਕਾ ਆਦਤ ਨਾ ਜਾਵੇ ਕਦੇ ਬੰਦੇ ਦੀ ਮਾਨਕ ਆਂਦ ਤਨਾ ਜਾਵੇ ਰਫਤਾਰ ਚੱਲ ਰਹੀ ਸੀ ਲੋਕ ਗੀਤਾਂ ਦੀ ਉਹ ਰੁਕ ਗਈ ਨਿਤ ਹੁੰਦੀ ਸੀ ਰਿਕਾਰਡ ਜੋ ਕਲੀ ਉਹ ਮੁੱਕ ਗਈ ਲਾਇਆ ਮਾਨਿਕ ਸਾਹਿਬ ਨੇ ਮੂਟਾ ਜੋ ਲੋਕ ਗਾਇਕੀ ਦਾ ਕੌਣ ਕਰੂ ਸਾਮ ਉਸ ਬੋੜ ਰੁਖਦੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਪੋਕਸਮੈਨ ਟੀਵੀ ਤੇ ਮੈਂ ਹਾਂ ਮਨੀਸ਼ਾ ਮਾਨਿਕ ਸਾਹਿਬ ਪੰਜਾਬੀ ਨਸੀ ਦੇ ਉਹ ਗਾਇਕ ਸਨ ਜਿਨ੍ਹਾਂ ਦੀ ਆਵਾਜ਼ ਦਾ ਹਰ ਕੋਈ ਦੀਵਾਨਾ ਸੀ ਆ ਜੋ ਸਾਡੇ ਨਾਲ ਇਸ ਦੁਨੀਆ 'ਚ ਨਹੀਂ ਨੇ ਪਰ ਉਹਨਾਂ ਦੀਆਂ ਪਰ ਉਹਨਾਂ ਨੂੰ ਜਿਸ ਨਾਮ ਨਾਲ ਜਾਣਿਆ ਜਾਂਦਾ ਸੀ ਉਹ ਹੈ ਕਲੀਆਂ ਦਾ ਬਾਦਸ਼ਾ ਤੇ ਉਹਨਾਂ ਦੇ ਹੀ ਵਿਰਾਸਤ ਨੂੰ ਅੱਗੇ ਲੈ ਕੇ ਆ ਰਹੇ ਨੇ ਉਹਨਾਂ ਦਾ ਦੋਤਾ ਹਸਨ ਮਾਨਕ ਸਵਾਜਿਸੀ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਬਹੁਤ ਬਹੁਤ ਸਵਾਗਤ ਹੈ ਹਸਨ ਦਾ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਸੋਰਜਨਾ ਸਪੋਕਸਮੈਨ ਦੀ ਸਾਰੀ ਟੀਮ ਦਾ ਮੈਂ ਵੈਲਕਮ ਕਰਦਾ ਹਾਂ ਸੋ ਜਿਹੜਾ ਤੁਸੀਂ ਸਾਨੂੰ ਅੱਜ ਟਾਈਮ ਦਿੱਤਾ ਸੋ ਐਂਡ ਮੈਂ ਥੈਂਕਸਫੁਲ ਹਾਂ ਆਈਬੀਪੀ ਪ੍ਰੋਡਕਸ਼ਨ ਸਾਡੇ ਵੱਡੇ ਵੀਰ ਇੰਦੀ ਬਲੈਂਕ ਸਾਹਿਬ ਸੋ ਜਿਨ੍ਹਾਂ ਨੇ ਇਸ ਨਮਾਨਜੇ ਇਨਸਾਨ ਨੂੰ ਮੌਕਾ ਦਿੱਤਾ ਐਂਡ ਮੈਂ ਦਿਲੋਂ ਸਲਾਮ ਕਰਦਾ ਉਹ ਰੂਹ ਨੂੰ ਜਿਹੜੀ ਇਸ ਦੁਨੀਆ ਤੋਂ ਰੁਖਸਤ ਕਰ ਚੁੱਕੀ ਆ ਕਲੀਆਂ ਦੇ ਬਾਦਸ਼ਾਹ ਸ਼੍ਰੀ ਕੁਲਦੀ ਮਾਨਕ ਸਾਹਿਬ ਸੋ ਮੇਰੇ ਲਈ ਬਹੁਤ ਖੁਸ਼ ਨਸੀਬੀ ਆ ਮੇਰੇ ਲਈ ਬਹੁਤ ਕਹਿ ਸਕਦਾ ਮੈਂ ਕਰਮਾ ਵਾਲਾ ਭਾਗਾ ਵਾਣਾ ਜਿਹੜਾ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਬਲੱਡ ਦੇ ਵਿੱਚ ਮੈਨੂੰ ਜਨਮ ਮਿਲਿਆ ਸੋ ਮੈਂ ਬਹੁਤ ਇਸ ਚੀਜ਼ ਨੂੰ ਆਪਣੀ ਲੱਕੀ ਸਮਝਦਾ ਜੀ ਸੋ ਹਸਨ ਅਸੀ ਤੁਹਾਡੀਆਂ ਬਹੁਤ ਸਾਰੀਆਂ ਵੀਡੀਓ ਸੀ ਕਿਆਂ ਸੋਸ਼ਲ ਮੀਡੀਆ ਤੇ ਜੋ ਬਹੁਤ ਹੀ ਜਿਹੜੀਆਂ ਵਾਇਰਲ ਹੋ ਰਹੀਆਂ ਸੋ ਅਸੀਂ ਉਮੀਦ ਕਰਦੇ ਹਾਂ ਕਿ ਆਪਾਂ ਇੰਟਰਵਿਊ ਦੀ ਸ਼ੁਰੂਆਤ ਉੱਥੇ ਹੀ ਕਰੀਏ ਜਿਹੜਾ ਮੈਂ Song ਸੁਣਿਆ ਸੀ ਧੀ ਜੰਮ ਪਈ ਸੋ ਮੈਂ ਉਹ ਵੀ ਜ਼ਰੂਰ ਤੁਹਾਨੂੰ ਸੁਣਾਉਂਗਾ ਪਰ ਮੈਂ ਪਹਿਲਾਂ ਆਪਣੇ ਦਿਲ ਦੀ ਜਿਹੜੀ ਭਾਵਨਾ ਕਿਉਂਕਿ ਜਦੋਂ ਕਿਸੇ ਦੇ ਸਿਰ ਤੋਂ ਕਿਸੇ ਦੀ ਛਾਂ ਚਲੀ ਜਾਂਦੀ ਹੈ ਜਿਹੜੀ ਚੀਜ਼ ਦੀ ਆਪਾਂ ਨੂੰ ਸਪੋਰਟ ਹੋਵੇ ਜਿਹਦੇ ਤੱਕ ਆਪਾਂ ਨੂੰ ਉਮੀਦ ਹੋਵੇ ਤਾਂ ਉਹਦਾ ਬੰਦਾ ਟੁੱਟ ਜਾਂਦਾ ਸੋ ਜੇ ਸਾਡੇ ਨਾਨਾ ਜੀ ਅੱਜ ਜਿਉਂਦੇ ਹੁੰਦੇ ਇਸ ਦੁਨੀਆ ਦੇ ਵਿੱਚ ਹੁੰਦੇ ਮੌਜੂਦ ਹੁੰਦੇ ਅੱਜ ਵੀ ਮੌਜੂਦ ਹੈ ਸਾਡੇ ਚ ਮੈਂ ਕਹਿੰਨਾ ਉਹਨਾਂ ਦੇ ਖੂਨ ਚ ਜਨਮ ਲਿਆ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਉਹ ਨਾਲ-ਨਾਲ ਹੀ ਆ ਸਾਡੇ ਸੋ ਪਰ ਮੈਂ ਉਹ ਪਹਿਲਾਂ ਆਪਣੇ ਜਿਹੜੀ ਦਿਲ ਦੀ ਭਾਵਨਾ ਹਨਾ ਮਨ ਭਾਵਕ ਹੋ ਜਾਂਦਾ ਕਈ ਵਾਰ ਸੋ ਉਹ ਮੈਂ ਜ਼ਰੂਰ ਕਹੂੰਗਾ ਜੇ ਅੱਜ ਹੁੰਦੇ ਕੀ ਪਤਾ ਮੈਂ ਕਿਹੜੀਆਂ ਬਲੰਦੀਆਂ ਤੇ ਹੁੰਦਾ ਤੂੰ ਤੇ ਤੁਰ ਗਿਓ ਚੰਨਾ ਜਿੰਦੜੀ ਨੂੰ ਰੋਲ ਕੇ ਹਾਂਜੀ ਹੇ ਤੂੰ ਤੇ ਤੁਰ ਗਿਓ ਚੰਨਾ ਜਿੰਦੜੀ ਨੂੰ ਰੋਲ ਕੇ ਕਿਸ ਨੂੰ ਸੁਣਾਵਾਂ ਦੁੱਖ ਦਿਲ ਵਾਲੇ ਫੋਲ ਕੇ ਤੂੰ ਤੇ ਤੁਰ ਗਿਆ ਚਨਾ ਤੂੰ ਤੇ ਤੁਰ ਗਿਆ ਚਨਾ ਬਹੁਤ ਖੂਬ ਸੋ ਕਹਿਣ ਦਾ ਮਕਸਦ ਇਹ ਹੈ ਜੀ ਮਨ ਕਈ ਵਾਰੀ ਅਦਾਸੀ ਫੜ ਜਾਂਦਾ ਹੈ ਕਿ ਸਾਡੇ ਤੇ ਵਕਤ ਇੰਨਾ ਮਾੜਾ ਆ ਸੋ ਜਿਹੜੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਪਰ ਕਿਸੇ ਦਾ ਸਾਥ ਦੇਣਾ ਬਹੁਤ ਵੱਡੀ ਗੱਲ ਹੈ ਸੋ ਮੇਰੇ ਮਾਮਾ ਜੀ ਯੁਧਵੀਰ ਮਾਨਕ ਸੋ ਵੈਰੀ ਬੈਡ ਟਾਈਮਿੰਗ ਤੁੜੇ ਹੈ ਨਾ ਬਹੁਤ ਔਖਾ ਟਾਈਮ ਚੱਲ ਰਿਹਾ ਸਾਡੇ ਤੇ ਸੋ ਮੈਨੂੰ ਇਦਾਂ ਵੀ ਜੇ ਸਾਡੇ ਪੰਜਾਬੀ ਸਾਡੇ ਲੋਕ ਪਿਆਰ ਕਰਨ ਵਾਲੇ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਸੀ ਜਾਂ ਉੱਥੋਂ ਦੇ ਸਰਪੰਚ ਸਹਿਬਾਨ ਸੀ ਜਾਂ ਉੱਥੋਂ ਦੇ ਲੋਕ ਸੀ ਜਿਹੜੇ ਨਾਨਾ ਜੀ ਨੂੰ ਬੁਲਾਉਂਦੇ ਸੀਗੇ ਪ੍ਰੋਗਰਾਮਾਂ ਤੇ ਸੱਦਦੇ ਸੀ ਉਹਨਾਂ ਨੂੰ ਉਹਨਾਂ ਨੂੰ ਸੁਣਦੇ ਸੀ ਪਿਆਰ ਦਿੰਦੇ ਸੀ ਵੀ ਜੇ ਅੱਜ ਉਹ ਮੈਨੂੰ ਕਬੂਲ ਦੇ ਆ ਤਾਂ ਮੈਂ ਇਹ ਨਹੀਂ ਕਹਿੰਦਾ ਵੀ ਮੈਨੂੰ ਕਬੂਲੋ ਮੈਂ ਇਹ ਚਾਹੁੰਦਾ ਵੀ ਮੇਰੇ ਪਰਿਵਾਰ ਲਈ ਮੇਰੇ ਮਾਮਾ ਜੀ ਲਈ ਮੇਰੇ ਨਾਨਾ ਜੀ ਦੀ ਰੂਹ ਦੀ ਸ਼ਾਂਤੀ ਲਈ ਜੇ ਮੈਨੂੰ ਉਹ ਕਬੂਲ ਦੇ ਆ ਤਾਂ ਮੈਂ ਉਹਨਾਂ ਦਾ ਸਾਰਿਆਂ ਦਾ ਰਿਣੀ ਰਹੂੰਗਾ ਜਦੋਂ ਤੱਕ ਮੇਰਾ ਦਮ ਹੈ ਮੇਰੇ ਸਾਹ ਚੱਲਦੇ ਰਹਿਣਗੇ। ਹਾਂਜੀ। ਸੋ ਅਸੀਂ ਜਾਨਣਾ ਚਾਹਾਂਗੇ ਕਿ ਪਿਛੋਕੜ ਕੀ ਆ? ਮਤਲਬ ਕਿ ਕਿੱਥੇ ਰਹਿੰਦੇ ਹੋ? ਕਿੰਨੀ ਕਿ ਪੜ੍ਹਾਈ ਕੀਤੀ ਆ? ਐਂਡ ਨਾਨਾ ਜੀ ਨਾਲ ਕਿਵੇਂ ਦਾ ਰਿਲੇਸ਼ਨ ਸੀ? ਮੇਰਾ ਪਿੰਡ ਹੈ ਸੈਦੋਕੇ ਜ਼ਿਲ੍ਹਾ ਮੋਗਾ। ਐਂਡ ਮੈਂ ਉੱਥੋਂ ਦੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਆਪਣੀ ਸਟੱਡੀ ਕੰਪਲੀਟ ਕੀਤੀ ਆ। ਐਂਡ ਮੇਰੇ ਫਾਦਰ ਸਾਹਿਬ ਜਨਾਬ ਭੋਲਾ ਖਾਨ ਜੀ, ਮੇਰੇ ਮਦਰ ਗੁਰਜੀਤ ਕੌਰ ਐਂਡ ਮੇਰਾ ਬ੍ਰਦਰ ਸਿਮਰਾਨ ਖਾਨ ਜਿਹੜਾ ਮੇਰਾ ਸਾਰਾ 뮤지컬 ਹੀ ਮੈਨੂੰ ਸੁਜੈਸਟ ਕਰਦਾ। ਸੋ ਇੱਕ ਕਰ ਦੀ ਕੰਡੀਸ਼ਨ ਤੁਹਾਨੂੰ ਪਤਾ ਹੀ ਆ ਕਿੱਦਾਂ ਦੀ ਹੁੰਦੀ ਆ ਮੇਰੇ ਨਾਲ ਕਈ ਵਾਰੀ ਇਦਾਂ ਦੇ ਹੈਪਨ ਹੋਏ ਆ ਪਰ ਮੈਂ ਹਿੰਮਤ ਨਹੀਂ ਹਾਰੀ ਪਰ ਮੈਨੂੰ ਫੇਰ ਵੀ ਆਪਣੇ ਆਪ ਨੂੰ ਇਕੱਲਾ ਆਪਣੇ ਆਪ ਨੂੰ ਮੈਂ ਅਨਕੰਪਲੀਟ ਆਪਣੇ ਆਪ ਨੂੰ ਫੀਲ ਕਰਦਾ ਸੀ ਪਰ ਮੈਨੂੰ ਸਪੋਰਟ ਮਿਲੀ ਆ ਮੇਰਾ ਵੱਡਾ ਵੀਰ ਇੰਦੀ ਬਲਿੰਗ ਆਈਬੀਪੀ ਪ੍ਰੋਡਕਸ਼ਨ ਕਿਉਂਕਿ ਉਹਨਾਂ ਦੀ ਜਿਹੜੀ ਫੈਮਿਲੀ ਆ ਸਾਡੇ ਬਹੁਤ ਹੀ ਰਿਸਪੈਕਟਡ ਸਖਵੰਤ ਕੌਰ ਸੁਖੀ ਜੀ ਐਂਡ ਕੁਲਦੀਪ ਕੌਰ ਜੀ ਇਹਨਾਂ ਨੇ ਮਾਨਕ ਸਾਹਿਬ ਨਾਲ ਇਹਨਾਂ ਟਾਈਮ ਕੰਮ ਕੀਤਾ ਉਹਨਾਂ ਦੀ ਸਪੋਰਟ ਕੀਤੀ ਉਹਨਾਂ ਦੇ ਨਾਲ ਗਾਇਆ ਕਿਉਂਕਿ ਜਿਹੜਾ ਨਾਲ ਗਾਉਣ ਵਾਲਾ ਆਪਣੇ ਨਾਲ ਪਾਰਟਨਰ ਹੁੰਦਾ ਜਿਹੜਾ ਕੋਰ सिंगर ਹੁੰਦਾ ਉਹਦੀ ਉਹਨੂੰ ਹੀ ਵਿੱਚ ਉਹਦੇ ਸਹਿਯੋਗ ਹੁੰਦਾ ਕੋਈ ਵੀ ਗਾਣਾ ਹੈ ਕੋਈ ਵੀ ਇੰਟਰਵਿਊ ਹੈ ਜਿਹੜੀ ਸਾਰੀ ਕਮਿਊਨਿਟੀ ਹੁੰਦੀ ਹੈ ਨਾ ਉਹਨਾਂ ਦਾ ਉਹਨਾਂ ਹੀ ਸਾਥ ਹੁੰਦਾ ਹੈ ਉਹਨੂੰ ਸਕਸੈਸ ਕਰ ਲਈ ਉਸ ਚੀਜ਼ ਨੂੰ ਉਹਦੀ ਮੰਜ਼ਿਲ ਤੱਕ ਲੈ ਕੇ ਜਾਣ ਲਈ ਸੋ ਇਹਨਾਂ ਦੀ ਫੈਮਿਲੀ ਨੇ ਇਸ ਪਿਆਰ ਨੂੰ ਕੰਟੀਨਿਊ ਰੱਖਿਆ ਸੋ ਜਿੱਦਾਂ ਵੱਡਿਆਂ ਦਾ ਪਿਆਰ ਸੀ ਸਾਡੇ ਸੁਖੀ ਜੀ ਸਾਡੇ ਬਹੁਤ ਹੀ ਰਿਸਪੈਕਟਡ ਆ ਮੇਰੀ ਮਾਂ ਦੇ ਸਮਾਨ ਸੋ ਜਿੱਦਾਂ ਉਹਨਾਂ ਨੇ ਮਾਨਕ ਸਰ ਨਾਲ ਉਹ ਉਹਨਾਂ ਨੇ ਉਹ ਚੀਜ਼ ਰੱਖੀ ਆ ਰਾਬਤਾ ਰੱਖਿਆ ਗਾਇਕੀ ਦਾ ਉਸ ਤਰੀਕੇ ਨਾਲ ਬਾਈ ਇੰਦੀਜੀ ਨੇ ਸੋਚਿਆ ਵੀ ਯਾਰ ਸਾਡਾ ਭਰਾ ਛੋਟਾ ਵੀ ਅਸੀਂ ਇਹਨੂੰ ਸਪੋਰਟ ਕਰਨੀ ਆ ਸੋ ਮੈਂ ਇਹਨਾਂ ਦਾ ਵੀ ਹਮੇਸ਼ਾ ਥੈਂਕਸਫੁਲ ਰਹੂੰਗਾ ਸੋ ਸਿਰਫ ਇਹਨਾਂ ਨੇ ਹੀ ਤੁਹਾਡਾ ਸਾਥ ਦਿੱਤਾ ਹੁਣ ਤੱਕ ਜਾਂ ਕੋਈ ਹੋਰ ਵੀ ਪਰਸਨ ਹੈ ਜਿਹੜਾ ਇਸ ਟਾਈਮ ਤੁਹਾਡੇ ਨਾਲ ਹੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਨਾਲ ਹੀ ਤੁਰਿਆ ਆ ਰਿਹਾ ਨਾਲ ਤਾਂ ਕਿਉਂਕਿ ਜੀ ਕਹਿੰਦੇ ਹੁੰਦੇ ਆ ਮਾਤਾ ਪਿਤਾ ਗੁਰਦੇਵ ਮਾਤਾ ਗੁਰਦੇਵ ਪਿਤਾ ਕੋਈ ਵੀ ਫਕੀਰ ਕੋਈ ਵੀ ਜੋਧਾ ਸੂਰਮਾ ਦੁਨੀਆ ਤੇ ਆ ਮਾਂ ਪਿਓ ਦੇ ਉਹਨੇ ਰਸਤੇ ਇਹ ਦੁਨੀਆ ਦਾ ਨਜ਼ਾਰਾ ਦੇਖਿਆ ਸੋ ਪਰ ਕਹਿਣ ਦਾ ਮਤਲਬ ਮੇਰੇ ਮਾਂ ਪਿਓ ਦਾ ਮੇਰੇ ਭਰਾ ਦੀ ਮੈਨੂੰ ਸਪੋਰਟ ਰਹੀ ਹੈ ਹੁਣ ਤੱਕ ਬਾਕੀ ਹੋਰ ਮੈਨੂੰ ਕੋਈ ਅਜੇ ਤੱਕ ਕਿਸੇ ਨੇ ਹੱਲਾਸ਼ੇਰੀ ਦਿੱਤੀ ਨਹੀਂ ਗੱਲਾਂ ਕਰਨ ਵਾਲੇ ਤਾਂ ਬਹੁਤ ਹੈ ਸੋ ਜਿਹੜੇ ਗਾਇਕੀ ਦੇ ਗੁਣਿਆ ਹਨ ਤੁਸੀਂ ਕਿਤੋਂ ਸਿੱਖਿਆ ਕੁਲਦੀਪ ਮਾਨ ਕੁਲਦੀਪ ਮਾਨਿਕ ਜੀ ਹੁਣਾਂ ਨਾਲ ਵੀ ਸਿੱਖਦੇ ਆ ਰਹੇ ਹੋ ਜਾਂ ਫਿਰ ਕਿਸੇ ਹੋਰ ਨੇ ਤੁਹਾਨੂੰ ਸਿਖਾਇਆ ਉਹਨਾਂ ਤੋਂ ਡਰ ਬਹੁਤ ਲੱਗਦਾ ਸੀ ਉਹਨਾਂ ਦੀ ਜਿਹੜੀ ਚਾਕਣ ਦੀ ਜਿਹੜੀ ਕਹਿ ਸਕਦੇ ਆ ਜਿਹੜਾ ਸਟਾਈਲ ਸੀ ਉਹਨਾਂ ਦਾ ਦੇਖਣ ਦਾ ਵੀ ਜਿਵੇਂ ਹੁਣ ਆ ਮੈਂ ਐਦਾਂ ਦੇਖ ਰਿਹਾ ਗੱਲ ਕਰ ਰਿਹਾ ਬੰਦਾ ਆਮ ਬੰਦਾ ਉਹਨਾਂ ਦੇ ਅੱਖਵਲ ਨਹੀਂ ਸੀ ਦੇਖ ਸਕਦਾ ਬਾਕੀ ਜਿਹੜੀ ਗਾਉਣ ਦੀ ਗੱਲ ਸੀ ਮੈਂ ਸੁਣਿਆ ਹੀ ਉਹਨਾਂ ਨੂੰ ਆ ਪਹਿਲੇ ਦਿਨੋਂ ਜਿੱਦਾਂ ਮੈਂ ਕਹਿ ਸਕਦਾ ਵੀ ਦਿਲੋਂ ਮੈਨੂੰ ਮੁਹੱਬਤ ਸੀ ਉਹਨਾਂ ਦੀ ਗਾਇਕੀ ਦੇ ਨਾਲ ਉਹਨਾਂ ਨਾਲ ਮੈਂ ਬਣਤਾ ਨਹੀਂ ਸਕਦਾ ਪਰ ਇੱਕ ਗੱਲ ਹੈ ਵੀ ਜਦੋਂ ਕੋਈ ਬਗਾਨਾ ਬੰਦਾ ਕੋਈ ਗੱਲ ਕਰਦਾ ਉਹ ਤਾਂ ਦੀ ਚੁੱਭਵੀਂ ਗੱਲ ਕਰਦਾ ਫਿਰ ਉਹ ਤੋਂ ਖਿੱਚ ਛੱਡ ਜਾਂਦੀ ਉਹ ਤੋਂ ਕਹੀਦਾ ਵੀ ਕੋਈ ਨਹੀਂ ਸਾਡਾ ਵੀ ਟਾਈਮ ਆਊਗਾ 네ਗੇਟਿਵ ਕਰਨ ਵਾਲੇ ਬਹੁਤ ਬੰਦੇ ਮਿਲਦੇ ਆ ਬਥੇਰੀ ਜੰਤਾ ਜੀ ਜਿਹੜਾ ਕੋਈ ਕੁਝ ਕਰ ਨਹੀਂ ਸਕਦਾ ਉਹ ਜਿਹੜਾ ਬੇਲਾ ਹੋਵੇ ਨਾ ਉਹ ਲੋਕਾਂ ਦੇ ਦਰਾਂ ਵਾਲੇ ਦੇਖੇ ਜਾਊ ਇਹਨਾਂ ਦੇ ਕੌਣ ਆ ਗਿਆ ਆ ਕਾਤੋਂ ਆਇਆ ਇਹ ਕਿੱਥੇ ਚੱਲਿਆ ਇਹ ਲੋਕ ਇਦਾਂ ਦੇ ਹੁੰਦੇ ਜਿਹੜੇ ਬੇਲੇ ਹੁੰਦੇ ਆ ਜਿਹੜਾ ਵਧੀਆ ਬੰਦਾ ਹੋਊਗਾ ਉਹ ਸਲਾਹਤਾ ਕਰੂਗਾ ਚਾਹੇ ਮਾੜਾ ਹੀ ਹੋਵੇ ਕੋਈ ਉਹਨੂੰ ਉਹ ਕਹਿੰਦਾ ਵੀ ਆਪਾਂ ਕੀ ਸਿਆਣਾ ਬੰਦਾ ਲੜਾਈ ਦੇ ਕੋਲ ਨਹੀਂ ਜਾਂਦਾ ਉਹ ਪਰੋਂ ਦੀ ਨਗਰਾ 2 ਕਿਲੋਮੀਟਰ ਵੀ ਯਾਰ ਆਪਾਂ ਕੀ ਲੈਣਾ ਛੱਡ ਉਹ ਐਂਟਰਟੇਨਮੈਂਟ ਭਾਲਦੇ ਨੇ ਇਹੋ ਜਿਹੇ ਬੰਦੇ ਆ ਆਫ ਕੌਰ ਤੁਹਾਡੀ ਇਹ ਗੱਲ ਜਮ ਜਾਇਦਾ ਸਹੀ ਹੈ ਪਰ ਬਥੇਰੇ ਲੋਕ ਆ ਜਿਨ੍ਹਾਂ ਨੇ ਪਿਆਰ ਦਿੱਤਾ ਸੋ ਮੈਨੂੰ ਪਤਾ ਵੀ ਬਾਈ ਜੀ ਹੁਣਾਂ ਨੂੰ ਇੰਨੇ ਫੋਨ ਆਏ ਆ ਬਾਈ ਜੀ ਦਾ ਵੀ ਧੰਨਵਾਦ ਕਰੀ ਜਾਂਦੇ ਲੋਕ ਵੀ ਇੰਦੀ ਬਲੈਂਕ ਸਾਹਿਬ ਤੁਸੀਂ ਬਹੁਤ ਸੋਹਣਾ ਪ੍ਰਾਲਾ ਕੀਤਾ ਵੀ ਜਿਹੜਾ ਜਨ ਬੱਚੇ ਨੂੰ ਤੁਸੀਂ ਅੱਗੇ ਲੈ ਕੇ ਆ ਰਹੇ ਆ ਇੱਕ ਹੀਰੇ ਨੂੰ ਤਰਾਸ਼ ਕੇ ਲੈ ਕੇ ਆਏ ਨੇ ਨਹੀਂ ਮੈਂ ਹੀਰਾ ਤਾਂ ਨਹੀਂ ਕਹਿ ਸਕਦਾ ਕਿ ਮਾਣੇਕ ਸਾਹਿਬ ਨੂੰ ਪਿਆਰ ਕਰਦੀ ਸੀ ਤੁਹਾਡੀ ਆਵਾਜ਼ ਹੂਬ ਹੂ ਉਹਨਾਂ ਨਾਲ ਮਿਲਦੀ ਹੈ ਆਵਾਜ਼ ਇਦਾਂ ਜੀ ਜਿਹੜੀ ਚੀਜ਼ ਨਾਲ ਤੁਹਾਡੀ ਮੁਹੱਬਤ ਹੋਵੇ ਚਾਹੇ ਤੁਹਾਡੀ ਮਾਂ ਹੈ ਚਾਹੇ ਤੁਹਾਡਾ ਕੰਮ ਹੈ ਚਾਹੇ ਕੋਈ ਤੁਹਾਡਾ ਲਾਈਫ ਪਾਰਟਨਰ ਉਹਦੇ ਚ ਤੁਹਾਡਾ ਪਰਛਾਵਾਂ ਬਣ ਜਾਂਦਾ ਉਹ ਤੁਹਾਡੀ ਝਲਕ ਪੈਣ ਲੱਗ ਜਾਂਦੀ ਹੈ ਜਿੱਦ ਆਪਾਂ ਕਹਿੰਦੇ ਨੇ ਵੀ ਆਹ ਬੇਟਾ ਜੀ ਇਹਦਾ ਇਹ ਹੂਬ ਹੂ ਆਪਣੇ ਫਾਦਰ ਵਰਗਾ ਮੈਂ ਚਾਹੇ ਲੱਖ ਉਹਨਾਂ ਦੀ ਭਤੀਜੀ ਦਾ ਬੇਟਾ ਚਾਹੇ ਲੱਖ ਮੈਂ ਦੋ ਤਾਂ ਉਹਨਾਂ ਦਾ ਪਰ ਮੈਨੂੰ ਐਂ ਲੱਗਦਾ ਹੁੰਦਾ ਵੀ ਮੈਂ ਬਹੁਤ ਕਰਮਾਂ ਵਾਲਾ ਜਿਹੜਾ ਮੈਂ ਮੈਨੂੰ ਮਾਲਕ ਨੇ ਉਹਨਾਂ ਲਈ ਗੱਲਬਾਤ ਦੀ ਤੌਫੀਕ ਬਖਸ਼ੀ। ਸੋ ਜੀ ਸਟੇਸ਼ੂ ਦੀ ਗੱਲ ਕਹੀ ਹੈ ਹਸਨ ਤੇ ਹੁਣ ਤੱਕ ਕਿੰਨੇ ਕਿ ਸਟੇਸ਼ੂ ਕਰ ਚੁੱਕੇ ਐ? ਮਨ ਕੀ ਸਿਰਫ ਇੰਡੀਆ ਚ ਹੀ ਕੀਤੀ ਹੈ ਜਾਂ ਫਿਰ ਫੋਰਨ ਦੇ ਵਿੱਚ ਵੀ? ਮੈਂ ਜ਼ਿਆਦਾਤਰ ਮੈਨੂੰ ਜਿੱਦਾਂ ਪਿੰਡਾਂ ਦੇ ਵਿੱਚ ਕਿਉਂ ਜਿਹੜੇ ਪਿੰਡਾਂ ਦੇ ਲੋਕ ਆ ਨਾ ਬਹੁਤ ਇਹ ਨਹੀਂ ਵੀ ਸ਼ਹਿਰੀ ਮਾੜੇ ਆ ਐਦਾਂ ਦੀ ਗੱਲ ਨਹੀਂ ਹੈਗੀ। ਪਿੰਡਾਂ ਦੇ ਲੋਕ ਦਿਲ ਦੇ ਜਿਹੜੇ ਕਹਿ ਸਕਦਾ ਉਹ ਜਜ਼ਬਾਤੀ ਹੁੰਦੇ ਆ। ਪਿਆਰ ਕਰਦੇ ਆ, ਕਦਰ ਕਰਦੇ ਆ। ਪਿੰਡਾਂ ਦੇ ਲੋਕਾਂ ਨੇ ਸਾਨੂੰ ਹੁਣ ਤੱਕ ਇੰਨਾ ਕੁ ਪਿਆਰ ਦਿੱਤਾ ਪਾਪਾ ਜੀ ਕਰਕੇ ਕਿਉਂਕਿ ਉਹਨਾਂ ਦਾ ਪਿੰਡਾਂ ਦੇ ਲੋਕਾਂ ਨਾਲ ਐਦਾਂ ਦਾ ਰਾਬਤਾ ਬਣਿਆ ਹੋ ਸੀ ਐਦਾਂ ਦਾ ਕਨੈਕਸ਼ਨ ਬਣਿਆ ਹੋਇਆ ਸੀ ਜਿਹੜਾ ਕਦੇ ਮੁੱਕ ਨਹੀਂ ਸਕਦਾ ਬਾਕੀ ਗੱਲ ਦਾ ਇਹ ਸਟੇਜ ਸ਼ੋਅ ਦੀ ਵੀ ਮੈਨੂੰ ਬਹੁਤ ਜਗ੍ਹਾ ਤੇ ਗਾਉਣ ਦਾ ਮੌਕਾ ਮਿਲਿਆ ਐਂਡ ਮੈਂ ਦੋ ਵਾਰੀ ਕੈਨੇਡਾ ਦਾ ਟੂਰ ਕੱਟਿਆ ਉੱਥੇ ਵੀ ਮੈਨੂੰ ਵਧੀਆ ਲੋਕਾਂ ਨੇ ਪਿਆਰ ਦਿੱਤਾ ਹੁਣ ਨੈਕਸਟ ਟਾਈਮ ਦੇਖਦੇ ਆਂ ਪੰਜਾਬੀ ਮੇਰੇ ਕਿੱਥੇ ਬੁਲਾਉਂਦੇ ਆਪਾਂ ਨੂੰ 올 ది ਬੈਸਟ ਥੈਂਕ ਯੂ ਮੈਮ ਤੇ ਜੇ ਸਟੇਜ ਸ਼ੋਅ ਦੀ ਗੱਲ ਕਰੀਏ ਤਾਂ ਐਦਾਂ ਦਾ ਕੋਈ ਮੂਵਮੈਂਟ ਹੋ ਕਿ ਤੁਹਾਨੂੰ ਉਤੇ ਇੰਬੈਰਸ ਫੀਲ ਹੋਇਆ ਹੋਵੇ ਐਂ ਤੁਹਾਨੂੰ ਅੱਗੇ ਆਉਣ ਦਾ ਮੌਕਾ ਨਾ ਮਿਲਿਆ ਹੋਵੇ ਕਰਦਾ ਜੋਗੀ ਜੋਗ ਨਾਲ ਤੇ ਬਾਹਰਲਾ ਜੋਗੀ ਸਿੱਧ ਜਿਹੜਾ ਆਪ ਦਾ ਹੁੰਦਾ ਉਹ ਛੇਤੀ ਮੱਚਦਾ ਹੁੰਦਾ ਤੁਸੀਂ ਮੈਨੂੰ ਇਥੋਂ ਕੀ ਲੈਣਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਜੇ ਮੈਂ ਸਕਸੈਸਫੁਲ ਹਾਂ ਤਾਂ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਜੇ ਮੈਂ ਨਹੀਂ ਹੁੰਦਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਤੁਹਾਡੀ ਜਿਹੜੀ ਡਿਊਟੀ ਆ ਤੁਸੀਂ ਉਹ ਆਪਣੀ ਕੰਟੀਨਿਊ ਰੱਖਣੀ ਆ ਅੱਜ ਇੱਥੇੋਂ ਕੱਲ ਨੂੰ ਕਿਸੇ ਹੋਰ ਸਿੰਗਰ ਦੇ ਇੰਟਰਵਿਊ ਕਰ ਲਓਗੇ ਪਰ ਜਿਹੜੀ ਸਟੇਜ ਦੀ ਗੱਲ ਹੈ ਵੀ ਲੋਹਾ ਲੋਹੇ ਨੂੰ ਕੱਟਦਾ ਹੈ ਲੋਹਾ ਕੱਟਣ ਵਾਲੀ ਆ ਰਹੀ ਹੁੰਦੀ ਹੈ ਉਹ ਗਾਡਰ ਵੱਡ ਦਿੰਦੀ ਐ ਠੀਕ ਐ ਜਿਹੜੇ ਇਹ ਜਿਹੜੀ ਸਟੇਜ ਦੀ ਗੱਲ ਦੱਸਦਾ ਮੇਰੇ ਨਾਨਾ ਜੀ ਦੇ ਚਾਰ ਪੰਜ ਮੇਲੇ ਹੋਏ ਆ ਜਲਾਲਦੀਵਾਲ ਮੈਂ ਸਾਊਂਡ ਕੋਲੇ ਖੜ ਕੇ ਮੁੜਿਆ ਹੁਣਾ ਕਿਤੇ ਐਵੇਂ ਕੋਈ ਤੂੰ ਕੌਣ ਮੈਂ ਖਾਮ ਖਾ ਕਿਤੇ ਕੋਈ ਚੜ ਜਾਂਦਾ ਸਟੇਜ ਤੇ ਕਿਤੇ ਕੋਈ ਸਾਨੂੰ ਕੋਈ ਪੁੱਛਦਾ ਹੀ ਨਹੀਂ ਉੱਤੇ ਅੱਗੇ ਆਣ ਦਾ ਮੌਕਾ ਨਹੀਂ ਮਿਲਿਆ ਯਾ ਜਾਣ ਹੀ ਨਹੀਂ ਦਿੱਤਾ ਉਹਨਾਂ ਨੇ ਉਹਦੀ ਕੋਈ ਪੁੱਛਦਾ ਹੀ ਨਹੀਂ ਪਿੱਛੇ ਕਰ ਦਿੰਦੇ ਆ ਆ ਜੀ ਆ ਫਲਾਣੇ ਸਿੰਗਰ ਦਾ ਭਤੀਜਾ ਇਹ ਫਲਾਣੇ ਦਾ ਉਹ ਆ ਮੈਂ ਕਹਿੰਦਾ ਜੇ ਦਾਵਾਂ ਲਾਓ 4 ਘੰਟੇ ਸਟੇਜ ਮਜਿਸ਼ੀਅਨ ਮੇਰੇ ਸਟੇਜ ਮੇਰੀ ਥਾਂ ਮੇਰਾ ਕੋਈ ਖਰਚਾ ਨਹੀਂ ਗੱਡੀ ਦਾ ਮੈਂ ਤੇਲ ਦਾ ਵੀ ਖਰਚਾ ਦੇ ਦੂੰ ਜਿਹੜਾ ਜਿਆਦਾ ਆਪਣੇ ਆਪ ਵਿੱਚ ਦਮ ਰੱਖਦਾ ਨਾ ਜਿਹੜਾ ਉੱਥੇ ਸਾਨੂੰ ਪਿੱਛੇ ਕਰਦਾ ਆ ਕੇ ਸਾਡੇ ਸਾਡੇ ਨਾਨੇ ਦੀ ਸਟੇਜ ਸਾਡੇ ਨਾਨੇ ਦੀ ਉੱਥੇ ਮਜਾਰ ਬਣੀ ਹੋਈ ਆ ਅਸੀਂ ਪਿੱਛੇ ਬੈਠੇ ਬੇਟਰ ਵਾਂਗੂ ਉੱਥੇ ਸਾਡਾ ਕੀ ਆ ਉੱਥੇ ਕੁਝ ਵੀ ਨਹੀਂ ਮੈਂ ਕਹਿੰਦਾ ਜਿਹੜਾ ਬੰਦਾ ਇਹ ਚੀਜ਼ ਕਹਿੰਦਾ ਨਾ ਵੀ ਅਸੀਂ ਆਏ ਆ ਜਿਹੜਾ ਉੱਥੇ ਸ਼ੋਅ ਆਫ ਕਰਦਾ ਸਟੇਜ ਤੇ ਆ ਕੇ ਉਹ ਪੰਗਾ ਤਾਂ ਲਵੇ ਫਿਰ ਪਤਾ ਲੱਗੂ ਪੈਸੇ ਨੇ ਨਹੀਂ ਬੋਲਣਾ ਸਟੇਜ ਤੇ ਇਹਨੇ ਬੋਲਣਾ ਮੈਂ ਅੱਜ ਮੇਰਾ ਐਟੀਟਿਊਡ ਨਹੀਂ ਐ ਇਹ ਮੇਰੀ ਮਿਹਨਤ ਆ ਮੇਰੀ ਮਾਂ ਦਾ ਆਸ਼ੀਰਵਾਦ ਆ ਜਿਹੜੀ ਮੈਨੂੰ ਉਹਦੇ ਖੂਨ ਚੋਂ ਮਿਲੀ ਆ ਮੈਂ ਅੱਜ ਵੀ ਇਹ ਗੱਲ ਕਹਿਣਾ ਮੈਂ ਜਿਹੜਾ ਇਹ ਚੈਲੰਜ ਕਰ ਰਿਹਾ ਮੈਂ ਕੋਈ ਐਟੀਟਿਊਡ ਨਹੀਂ ਮੇਰਾ ਮੈਂ ਮੇਰਾ ਕੰਮ ਬੋਲੂਗਾ ਮੇਰਾ ਗळा ਬੋਲੂਗਾ ਹੰਕਾਰ ਤਾਂ ਰਵਣ ਦਾ ਨਹੀਂ ਛੱਡਿਆ ਰੱਬ ਨੇ ਤੇ ਇਹ ਕੀ ਚੀਜ਼ ਆ ਜਿਹੜੇ ਤੁਰੇ ਫਿਰਦੇ ਆ ਮੈਂ ਡਰਦਾ ਨਹੀਂ ਕਿਸ ਤੋਂ ਰਿਸਪੈਕਟ ਮੈਂ ਸਾਰਿਆਂ ਦੀ ਕਰਦਾ ਪਰ ਮੈਨੂੰ ਜਿੰਨਾ ਵਰਡ ਕੀਤਾ ਜਿੰਨਾ ਮੈਨੂੰ ਇਹਨਾਂ ਨੇ ਪਿੱਛੇ ਸਿੱਟਿਆ ਮੈਂ ਹੁਣ ਕਹਿੰਦਾ ਆ ਜਾਵੇ ਜਿਹੜਾ ਹੁੰਦਾ ਆ ਜਾ ਆਈ ਡੋਨਟ ਕੇਅਰ ਕੋਈ ਟੈਨਸ਼ਨ ਨਹੀਂ ਤੋਂ ਹੁਣ ਤੱਕ ਇਸੇ ਕਰਕੇ ਨਹੀਂ ਆਇਆ ਕਿ ਕਿਸੇ ਨੇ ਅੱਗੇ ਨਹੀਂ ਆਂ ਦਿੱਤਾ ਜਾਂ ਫਿਰ ਆਪ ਵੀ ਨਹੀਂ ਕੋਸ਼ਿਸ਼ ਕੀਤੀ ਮੇਰੀ ਗੱਲ ਸੁਣੋ ਜੀ ਤੁਹਾਡਾ ਕੋਈ ਚੰਗਾ ਫਲੈਟ ਹੋਵੇ ਤੁਹਾਡੇ ਕੋਲੇ ਤੁਹਾਡਾ ਕੋਈ ਆਪਣਾ ਕੋਈ ਦੂਰ ਦਾ ਹੋਵੇ ਕੋਈ ਉਹ ਕਹਿੰਦਾ ਵੀ ਮੈਨੂੰ ਇੱਥੇ ਕਿਰਾਏ ਤੇ ਹੀ ਲੈ ਦੇ ਤੁਸੀਂ ਕਹੋਗੇ ਯਾਰ ਛੱਡ ਪਰੇ ਕੰਮ ਚੀਜ਼ ਹੀ ਮੰਗਿਆ ਗੁਰ ਕੋਈ ਵੀ ਕਿਚਨ ਚੋਂ ਸਾਨੂੰ ਜਾਂ ਖੰਡ ਦੇ ਦੇ ਜਾਂ ਚਾਹ ਦੇ ਦੇ ਹਨਾ ਇਹ ਜਿਹੜੀ ਗਾਇਕੀ ਲਾਈਨ ਆ ਇਹਦੇ ਵਿੱਚ ਕੋਈ ਕਿਸੇ ਦੀ ਹੈਲਪ ਨਹੀਂ ਕਰਕੇ ਰਾਜੀ ਉਹ ਕਹਿੰਦਾ ਯਾਰ ਜੇ ਇਹ ਅੱਗੇ ਆ ਗਿਆ ਜਿਹੜੇ ਆਪਾਂ ਨੂੰ ਪ੍ਰੋਗਰਾਮ ਆਉਂਦੇ ਸੀ ਇਹ ਨੂੰ ਆਉਣਗੇ ਮੈਂ ਇੱਕ ਗੱਲ ਸੁਣਾਉਣ ਲੱਗਿਆ ਦੂਸਰਾ ਸਕੇਲ ਹੈ ਛੁੱਟਿਆ ਤੀਰ ਕਮਾਨ ਚੋਂ ਤੇ ਨਿਕਲੀ ਗੱਲ ਜ਼ੁਬਾਨ ਚੋਂ ਵਾਪਸ ਨਾ ਆਵੇ ਕਦੇ ਬੰਦੇ ਦੀ ਮਾਨਕਾ ਆਦਤ ਨਾ ਜਾਵੇ ਕਦੇ ਬੰਦੇ ਦੀ ਮਾਨਕਾ ਆਦਤ ਨਾ ਜਾਵੇ ਹੋ ਡੰਗਰ ਰੱਸਾ ਚੱਬਣਾ ਨਾ ਰੋਕਿਆ ਹਟਦੇ ਕੁੱਤੇ ਬਹਿ ਗਏ ਰਾਜ ਤੇ ਫਿਰ ਚੱਕੀ ਚੱਟਦੇ ਪੱਥਰ ਉੱਤੇ ਬੂੰਦਣਾ ਕੋਈ ਅਸਰ ਦਿਖਾਵੇ ਕਦੇ ਬੰਦੇ ਦੀ ਮਾਨਕਾ ਆਦਤ ਨਾ ਜਾਵੇ ਕਦੇ ਬੰਦੇ ਦੀ ਮਾਨਕਾ ਆਦਤ ਨਾ ਜਾਵੇ ਮੈਨੂੰ ਤਾਂ ਇਹ ਹੂ ਬੂ ਇਹ ਕਿ ਹੂ ਬੂ ਉਹੀ ਆਵਾਜ਼ ਸੁਣਨ ਨੂੰ ਮਿਲਦੀ ਪਈਆ ਸਕੂਨ ਮਿਲਦਾ ਪਿਆ ਜੋ ਉਹਨਾਂ ਦੀ ਆਵਾਜ਼ ਦੇ ਵਿੱਚ ਸਕੂਨ ਸੀ ਮੈਨੂੰ ਮੈਨ ਬੰਨਣਾ ਪੈਣਾ ਉਦਾਂ ਦਾ ਬਾਲੇ ਮਿੱਠੇ বিনা ਉਹਦੇ ਵੀ ਅਗਲਾ ਖਾਈ ਜਾਵੇ ਅਗਲਾ ਅੰਦਰ ਹੀ ਨਗਾਜੇ ਪਤਾ ਸਿੰਘੂ ਬਾਲੇ ਕੌੜੇ বিনা ਹੋਵੋ ਪਰ ਮੈਨੂੰ ਥੋੜਾ ਜਿਹਾ ਆਪਣਾ ਮੈਕਸਾ ਹੋਣਾ ਪੈਣਾ ਜਿਹੜੇ ਮੈਨੂੰ ਪਿੱਛੇ ਛੱਡਦੇ ਸੀ ੱੱੱਕੇ ਮਾਰ-ਮਾਰ ਮੈਂ ਅੱਜ ਮੈਂ ਦੁਬਾਰਾ ਫੇਰ ਰਿਪੀਟ ਕਰਨ ਲੱਗਿਆ ਜਿਹੜਾ ਜਿਆਦਾ ਕਰਨਾ ਤਾਂ ਮੈਂ ਇੰਨਾ ਟਾਈਮ ਰਿਹਾ ਨਾਲ ਨਾ ਨਾਲ ਲਾਉਣ ਨਾਲ ਹੁਣ ਮਤਾਬ ਵਚਨ ਦਾ ਇੱਕ ਬੇਟਾ ਅਭਿਸ਼ੇਕ ਵਚਨ ਹਨਾ ਤੇ ਜੇ ਹੁਣ ਕੋਈ ਹੋਰ ਵਚਨ ਲਾ ਲੂਗਾ ਉਹ ਮਤਾਬ ਵਚਨ ਦਾ ਮੁੰਡਾ ਤਾਂ ਨਹੀਂ ਬਣਨ ਲੱਗਿਆ ਜਿਹੋ ਜਿਹੋ ਟੈਲੈਂਟ ਹੋਊਗਾ ਓਮ ਤਾਬਜ ਤੋਂ ਅੱਗੇ ਵੀ ਜਾ ਸਕਦਾ ਤੁਹਾਡਾ ਕੰਮ ਤੁਹਾਡਾ ਕੰਮ ਬੋਲਦਾ ਤੁਹਾਡੇ ਚ ਦਮ ਹੈ ਤਾਂ ਮੈਂ ਕਹਿਣਾ ਮੈਂ ਅੱਜ ਵੀ ਕਹਿਣਾ ਠੋਕ ਕੇ ਕਹਿੰਦਾ ਇਹ ਗੱਲ ਮੈਂ ਜਿਹੜੇ ਕਹਿੰਦੇ ਅਸੀਂ ਨਾਲ ਰਹਿੰਦੇ ਆ ਜਾਂ ਅਸੀਂ ਇੰਨਾ ਟਾਈਮ ਕੱਢਿਆ ਉਹਨਾਂ ਨਾਲ ਜਿਹੜੇ ਮੇਰੇ ਤੇ ਅੱਜ ਦੀ ਡੇਟ ਚ ਲੱਗ ਰਹੇ ਆ ਜਿਹੜੇ ਕਮੈਂਟ ਕਰ ਕਰ ਕਹਿੰਦੇ ਆ ਪਹਿਲੀ ਗੱਲ ਮੈਨੂੰ ਸਮਝ ਨਹੀਂ ਆਉਂਦੀ ਉਹਨਾਂ ਨੇ ਲੈਣਾ ਕੀ ਆ ਮੈਂ ਤੈਨੂੰ ਇਹੀ ਪੁੱਛਣਾ ਚਾਹੁੰਦੀ ਆ ਕਿ ਹੁਣ ਤੱਕ ਜਿਵੇਂ ਤੁਸੀਂ ਅੱਗੇ ਨਏ ਹੁਣ ਆ ਰਹੇ ਹੋ ਤਾਂ ਐਦਾਂ ਦੇ ਕਮੈਂਟ ਆਂਦੇ ਨੇ ਪੋਜ਼ਿਟਿਵ 네ਗੇਟਿਵ ਗੱਲ ਕਰੀਏ ਕਿ ਹੁਣ ਵੀ ਪਿੱਛੇ ਖਿੱਚਣ ਵਾਲੇ ਬਹੁਤ ਲੋਕ ਮੈਂ ਐਂ ਗੱਲ ਕਹਿਣਾ ਵੀ ਕਿਹੜਾ ਬੰਦਾ ਆਪਣੀ ਸੈਲਰੀ ਚੋਂ ਆ ਕੇ ਇੱਥੇ ਹੈਲਪ ਦਿੰਦਾ ਆ ਕੇ ਕੋਈ ਮੈਨੂੰ ਪ੍ਰੂਫ ਤਾਂ ਕਰੇ ਕੋਈ ਮੈਨੂੰ ਬਿੱਲ ਤਾਂ ਦੇਵੇ ਵੀ ਮੈਂ 50000 ਦੇ ਕੇ ਜਾਂ 9 ਮਹੀਨੇ ਬਾਅਦ ਜਯੋਤਵੀਰ ਮਾਨਕ ਨੂੰ ਫਿਰ ਤਾਂ ਮੈਂ ਮੰਨ ਜਾ ਕੱਲੀਆਂ ਗੱਲਾਂ ਹੀ ਆ ਆਪਣੇ ਆਪ ਨੂੰ ਅਪਗ੍ਰੇਡ ਕਰਨ ਦੇ ਲਈ ਆਪਣੇ ਆਪ ਨੂੰ ਉੱਪਰ ਲਿਜਾਣ ਦੇ ਲਈ ਲੋਕ ਝੂਠ ਬੋਲੀ ਜਾਂਦੇ ਆ ਮੈਨੂੰ ਪਤਾ ਹੈ ਜਿਹੜੇ ਲੋਕ ਪਾਪਾ ਜੀ ਨੂੰ ਪਿਆਰ ਕਰਦੇ ਆ ਜਾਂ ਜਿਹੜੇ ਲੋਕ ਆਪਾਂ ਨੂੰ ਦੇਖਣਗੇ ਉਹਨਾਂ ਨੂੰ ਪਤਾ ਮੈਂ ਸੱਚ ਬੋਲਦਾ ਜਿਹੜੇ ਬੈਡਮੈਨਰਸ ਹੁੰਦੇ ਆ ਜਿਹੜੇ ਘਟਿਆ ਲੋਕ ਹੁੰਦੇ ਆ ਉਹ ਇਦਾਂ ਦੀ ਸ਼ਬਦਾਬਲੀ ਵਰਤਦੇ ਆ ਵੀ ਤੂੰ ਕੌਣ ਹੈ ਪਹਿਲੀ ਗੱਲ ਮੈਨੂੰ ਸਮਝ ਨਹੀਂ ਆਉਂਦੀ ਵੀ ਛੇਤੀ ਕਿਤੇ ਤਾ ਕਿਸੇ ਨੂੰ ਆਉਂਦੇ ਬੈਡਰੂਮ ਚ ਨਹੀਂ ਸੀ ਵੜਨ ਦਿੰਦੇ ਉਹ ਕੁਲਦੀਪ ਮਾਨਕ ਸੀ ਉਹ ਕੋਈ ਨੀਟੂ ਛੱਟਣ ਵਾਲਾ ਨਹੀਂ ਸੀ ਵੀ ਆਜੋ ਕਰਾ ਲਓ ਫੋਟੋ ਮੇਰੇ ਨਾਲ ਵੀ ਆਜੋ ਵੀ ਆਜੋ ਉਹ ਨਹੀਂ ਸੀ ਉਹ ਉਹ ਕੁਲਦੀਪ ਮਾਨਕ ਸੀ ਰਤਬਾਈ ਉਹਨਾਂ ਦਾ ਬਹੁਤ ਲੱਗੇ ਸੀ ਉਹ ਰੌਲਾ ਤਾਂ ਉਹੀ ਆ ਉਹਨਾਂ ਨੇ ਮਿਹਨਤ ਕੀਤੀ ਆ ਉਹਨਾਂ ਨੇ ਪੈਸੇ ਖਰਚ ਕੇ ਵੀਡੀਓ ਬਣਾ ਕੇ ਸਾਹਮਣੇ ਨਹੀਂ ਆਏ ਉਹਨਾਂ ਨੇ ਪੀਰ ਉਹ ਮੁਰਸ਼ਿਦ ਤੋਂ ਆਪਣੇ ਗੁਰੂ ਤੋਂ ਮਾਰ ਖਾਧੀ ਆ ਫੇਰ ਅੱਗੇ ਆਏ ਆ ਗੁਰੂ ਜਿਨ੍ਹਾਂ ਦੇ ਟੱਪਣੇ ਤੇ ਚਲੇ ਜਾਣ ਛੜਾਪ ਮੈਂ ਫੋਲੋ ਕੀਤਾ ਉਹਨਾਂ ਨੂੰ ਮੇਰੇ ਰੂਮ ਰੂਮ 'ਚ ਵਸਦੇ ਆ ਜੇ ਕਿਸੇ ਨੂੰ ਬਹਿਮ ਹੋਊਗਾ ਆਪਾਂ ਕੱਢ ਦੇਾਂਗੇ ਘਾ ਕੇ ਕੱਢਾਂਗੇ ਹੋਰ ਲੜਨ ਤਾਂ ਮੈਂ ਕਿਹੜਾ ਸਣੀ ਦਿ올 ਆਹੋ ਆਪਾਂ ਕੰਮ ਨਾ ਦੱਸਾਂਗੇ ਪਤਾ ਕਰ ਲੈਣ ਨੂੰ ਵੀ ਆਓ ਮੈਂ ਹੁਣ ਵੀ ਕਹਿਣਾ ਮੈਂ ਬਹੁਤ ਮੈਂ ਕੱਲ ਦਾ ਮੈਨੂੰ ਬਹੁਤ ਅੰਬੈਰਸ ਫੀਲ ਕਰ ਰਿਹਾ ਮੈਂ ਵੀ ਯਾਰ ਕਿੱਦਾਂ ਦੇ ਬੰਦੇ ਆ ਨੇਗੇਟਿਵ ਕਮੈਂਟ ਮੇਨ ਕੀ ਪਰਸਨਲੀ ਆਏ ਨੇ ਤੁਹਾਨੂੰ ਕਹਿਣ ਦਾ ਮਤਲਬ ਮੈਨੂੰ ਫੋਨ ਕਾਲਸ ਆਈਆਂ ਕੋਈ ਇੱਕ ਬੋਲਦਾ ਵਿੱਚੋਂ ਉਹ ਤਾਂ ਆਏ ਸੀ ਮੈਂ ਯਾਰ ਤੂੰ ਭੂਆ ਦਾ ਮੁੰਡਾ ਸੀ ਉਹਨਾਂ ਦੀ ਤਾਂ ਤੈਨੂੰ ਕੀ ਪਤਾ ਉਹਨਾਂ ਬਾਰੇ ਇਹ ਜ਼ਰੂਰ ਹੈ ਵੀ ਅਸੀਂ ਚੱਲ ਸਾਨੂੰ ਪਿੱਛੇ ਕਰ ਦਿੰਦੇ ਆ ਤੁਹਾਡੇ ਵਰਗੇ ਉੱਥੇ ਸਟੇਜ ਤੇ ਹੁਣ ਨਹੀਂ ਮੈਂ ਕਹ ਮੈਂ ਆਮ ਆਪਣੇ ਮਾਮੇ ਨਾਲ ਖੜਾ ਜਯਦਵੀਰ ਨਾਲ ਜਿੰਨਾ ਚਿਰ ਮੇਰੇ ਜਿਹੜੇ ਸਾਨੂੰ ਸੁਣਨ ਵਾਲੇ ਆ ਸਾਡੇ ਸਰੋਤੇ ਮੇਰੇ ਨਾਲ ਮੈਂ ਤੁਹਾਡੇ ਵਰਗਿਆਂ ਨੂੰ ਮੈਂ ਕਿ ਲਈ ਬੈਠਾ ਇੱਕ ਇੱਕ ਦਰਵਾਜ਼ਾ ਬੰਦ ਹੁੰਦਾ 100 ਖੁੱਲਦਾ ਉਹ ਉਹ ਤੇ ਬੰਦਾ ਵੈਸੀ ਵਿਚਾਰਾ ਫਰੀ ਦੇ ਪਕੌੜੇ ਖਾਣ ਵਾਲਾ ਹੁੰਦਾ ਸ਼ਗਨ ਚਾ ਕੇ ਜਿਹੜਾ ਫੋਨ ਲਾਉਂਦਾ ਇਦਾਂ ਦਾ ਉਹਨੇ ਪਿਛੋਕੜ ਥੋੜੀ ਕਰਾਉਣਾ ਕਿਤੇ ਸਾਨੂੰ ਪਿਆਰ ਕਰਨ ਵਾਲੇ ਜਿਹੜਾ ਉਹ ਸੱਚ ਬੋਲਦੇ ਆ ਮੈਨੂੰ ਲੋੜ ਹੀ ਨਹੀਂ ਪਈ ਲੋਕ ਆਪ ਹੀ ਆਨਸਰ ਦੇ ਹੀ ਜਾਂਦੇ ਆ ਲੋਕਾਂ ਨੂੰ ਉਹ ਕਹਿੰਦਾ ਵੀ ਜੇ ਤੁਸੀਂ ਲੈਣਾ ਕੀ ਅਸੀਂ ਜਾਣਦੇ ਹਾਂ ਕੌਣ ਆ ਸੋ ਜੀ ਗੱਲ ਕਰੀਏ ਪੋਜ਼ਿਟਿਵਿਟੀ ਦੀ ਤਾਂ ਇਹੋ ਜੇ ਬਹੁਤ سارے ਇਨਸਾਨ ਨੇ ਜਿਹੜੇ ਕਿ ਕੁਲਦੀਪ ਮਾਨਿੰਗ ਜੀ ਹੁਣਾਂ ਨਾ ਰਹਿ ਚੁੱਕੇ ਨੇ ਉਹਨਾਂ ਤੋਂ ਸਿੱਖ ਚੁੱਕੇ ਨੇ ਸੋ ਉਹਨਾਂ ਵਿੱਚੋਂ ਕਿਸੇ ਦਾ ਤੁਹਾਨੂੰ ਮੈਸੇਜ ਆਇਆ ਕਿ ਬਹੁਤ ਵਧੀਆ ਕਰ ਰਿਹਾ ਹਾਂ ਕਹਿੰਦਾ ਮੈਂ ਪਹਿਲਾਂ ਵੀ ਕਹਿ ਕੇ ਖੜਿਆ ਹਾਂ ਉਹਨਾਂ ਨਾਂ ਤਾਂ ਲੱਖਾਂ ਜਨਤਾ ਚਲੀ ਗਈ ਰੇਲ ਗੱਡੀ ਤੇ ਜਿਹੜਾ ਇੰਜਣ ਹੁੰਦਾ ਉਹਦੇ ਮਗਰ ਕਿੰਨੇ ਡੱਬੇ ਹੁੰਦੇ ਆ ਕਿੰਨੀਆਂ ਸਵਾਰੀਆਂ ਬੈਠੀਆਂ ਹੁੰਦੀਆਂ ਇਹਦਾ ਮਤਲਬ ਉਹ ਮਾਲਕ ਤਾਂ ਨਹੀਂ ਬਣ ਗਏ ਇੰਜਣ ਦੇ ਕੀ ਪਤਾ ਤੇ ਇੰਜਣ ਨੂੰ ਲੁਧਿਆਣੇ ਨੂੰ ਚੱਲਿਆ ਕਾਲੂ ਬਟਿੰਡੇ ਨੂੰ ਜਾਣਾ ਹੋਵੇ ਉਹ ਇੰਜਣ ਸੀ ਤੋਂ ਡੱਬੇ ਤਾਂ ਮੇਰੀ ਗੱਲ ਸੁਣੋ ਜਦੋਂ ਸਵਾਰੀਆਂ ਲੈ ਜਾਣੀਆਂ ਡੱਬੇ ਵੀ ਮਗਰ ਪਾਉਣੇ ਪੈਂਦੇ ਆ ਟੋਅ ਕਰਨੇ ਪੈਂਦੇ ਆ ਇਹ ਦੋ ਦਿਨ ਰਹਿ ਕੇ ਆਪਾਂ ਇਦਾਂ ਨਹੀਂ ਵੀ ਹੁਣ ਆਪਾਂ ਉਹ ਜਮੇ ਹੀ ਬਣ ਜਾਾਂਗੇ ਇਹ ਨਹੀਂ ਹੁੰਦਾ ਜੇ ਹੈਗੇ ਤੂੰ ਸਪੋਰਟ ਕਰੋ ਵੀ ਯਾਰ ਸਾਡਾ ਬੱਚਾ ਇਹ ਉਹਨਾਂ ਦਾ ਹੀ ਆ ਕਿਹੜਾ ਬਗਾਨਾ ਆਈ ਨਹੀਂ ਕੋਈ ਆਉਂਦਾ ਅੰਦਰੋਂ ਅੰਦਰ ਉਹ ਜੈਲਸ ਫੀਲ ਹੋ ਰਿਹਾ ਵੀ ਯਾਰ ਇਹ ਅੱਗੇ ਕਾਤੋਂ ਸਾਡੇ ਤੋਂ ਅੱਗੇ ਕੋਈ ਨਿਕਲ ਨਾ ਜਾਵੇ ਜੀ ਨੇ ਨੰਗਣਾ ਨੰਗਾ ਹੀ ਜਾਣਾ ਜੀ ਕੋਈ ਨਹੀਂ ਰੋਕ ਸਕਦਾ ਪਰ ਬੰਦਾ ਮਿੱਠਾ ਰਵੇ ਨੀਮਾ ਰਵੇ ਇੰਨਾ ਵੀ ਨੀਵਾ ਫਿਰ ਵੈਸੇ ਜਿਆਦਾ ਹੀ ਔਖਾ ਹੋ ਜਾਂਦਾ ਵੀ ਬੰਦਾ ਥੱਲੇ ਸੱਟ ਦਿੰਦਾ ਜੇ ਆਪਾਂ ਨੀਵੇਂ ਹੋ ਜਾਈਏ ਥੋੜਾ ਦੇਖਣਾ ਵੀ ਚਾਹੀਦਾ ਮੇਰੇ ਮੂਹਰੇ ਕੌਣ ਆਉਂਦਾ ਫਿਰ ਤਾਂ ਐਕਸੀਡੈਂਟ ਹੋ ਜੂ ਜੇ ਦੇਖਾਂਗੇ ਨਹੀਂ ਹਨਾ ਹਾਂ ਸੋ ਮੈਂ ਤੁਹਾਨੂੰ ਇੰਟਰਵਿਊ ਦੇ ਸਟਾਰਟਿੰਗ ਦੇ ਵਿੱਚ ਡਿਮਾਂਡ ਕੀਤੀ ਸੀ ਇੱਕ Song ਦੀ ਤੁਸੀਂ ਕਹਿੰਦੇ ਸੀ ਉਹ ਵੀ ਸੁਣਾਵਾਂਗੇ ਸੋ ਹੋ ਜੇ ਹੋਇਆ ਕਿ ਜੇ ਥੀ ਦਮ ਪਈ ਪਰ ਕੁਖ ਤਾਂ ਸੁਲਖਣੀ ਹੋਈ ਤੀ ਵੀ ਤਾਂ ਧਾਤ ਰੱਬ ਦੀ ਪੈੜੀ ਦੁਨੀਆ ਜਾਂਦੀ ਐ ਮੇਰੋਈ ਹੋਇਆ ਕੀ ਦੇ ਧੀ ਜਮ ਪਈ ਤੀ ਆ ਪੁੱਤਾਂ ਤੋਂ ਪਿਆਰ ਬਾਲ ਲੈਂਦੀਆਂ ਸੁੱਖ ਮਾਂ ਪਿਆਂਦੀ ਮੰਗਦੀਆਂ ਰੈਂਦੀਆਂ ਹੋ ਵੀਰੇ ਹੱਥੀ ਬਨ ਰਖੜੀ ਹੋ ਲੰਮੀ ਉਮਰਾਂ ਦੀ ਕਰੇ ਅਰਜੋਈ ਹੋਇਆ ਕੀ ਦੇ ਧੀ ਜਮ ਪਈ ਮਨਜੀ ਕਿ ਲੋਕੀ ਅੱਦਾ ਵੀ ਕਹਿੰਦੇ ਹੋਣੇ ਕਿ ਕਾਪੀ ਕਰਕੇ ਆ ਗਿਆ ਰਿਆ ਸੋ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੋਗੇ ਕਾਪੀ ਹੈ ਜੇ ਨਕਲ ਕਰਨੀ ਹੋਵੇ ਅਕਲ ਚਾਹੀਦੀ ਐ ਹੁਣ ਕੋਈ ਬੰਦਾ ਆਪਣੇ ਅੱਗੇ ਗੱਡੀ ਲਈ ਜਾਂਦਾ ਵਾ ਉਹਨੇ ਕਹਿਣਾ ਵੀ ਆਪਾਂ ਰਾੜਾ ਸਾਹਿਬ ਜਾਣਾ ਠੀਕ ਆ ਆਪਾਂ ਨੂੰ ਤਾਂ ਨੰਬਰ ਪਲੇਟ ਪਤਾ ਉਹਨੂੰ ਚਾਹੀਦੀ ਪਿੱਛੇ ਜਿਹੜੀ ਲੱਗੀ ਹੁੰਦੀ ਐ ਬੈਕ ਤੇ ਵੀ ਗੱਡੀ ਕਿਹੜੀ ਨੰਬਰ ਪਲੇਟ ਦੀ ਕੀ ਲਿਖਿਆ ਉਹਦੇ ਤੇ ਫਰਜ਼ ਮੰਨੋ ਉਹਦੇ ਨਾਲ ਦੀਆਂ ਸੇਮ ਪੰਜ ਗੱਡੀਆਂ ਆ ਗਈਆਂ ਆਪਾਂ ਤਾਂ ਕੋਈ ਪਤਾ ਨਹੀਂ ਸਾਡੀ ਗੱਡੀ ਕਿੱਧਰ ਗਈ ਠੀਕ ਆ ਉਹ ਡੇਲੋ ਨੂੰ ਵੀ ਮੋੜ ਸਕਦਾ ਕਿਤੇ ਵੀ ਜਾ ਸਕਦਾ ਉਹ ਇਹ ਦਿਮਾਗ ਹੋਣਾ ਚਾਹੀਦਾ ਕਾਪੀ ਹੋਰ ਚੀਜ਼ ਹੁੰਦੀ ਐ ਜਿਹੜੀ ਤੁਹਾਨੂੰ ਨੇਚਰਲੀ ਮੈਨ ਤੋਂ ਚਾਹੇ ਤੁਸੀਂ ਸਰਦੂਲ ਸ਼ਕੰਦਰ ਸਾਹਿਬ ਦਾ ਗਾਣਾ ਗਾ ਲੋ ਮੇਰੀ ਬਾਤ ਇੱਦਾਂ ਹੀ ਆਉਣੀ ਆ ਕਾਪੀ ਦਾ ਮਤਲਬ ਇਹ ਹੁੰਦਾ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਬੱਚੇ ਜਿੱਦਾਂ ਐਗਜ਼ਾਮ ਹੁੰਦੇ ਆ ਸਾਰੇ ਬੱਚੇ ਇੰਟੈਲੀਜੈਂਟ ਨਹੀਂ ਹੁੰਦੇ ਵਿੱਚ ਮੇਰੇ ਵਰਗੇ ਵੀ ਹੁੰਦੇ ਆ ਤੇ ਉਹ ਜਦੋਂ ਹੁਣ ਕੋਈ ਮੂਰ ਲੈ ਆਪਣੇ ਜਿਹੜਾ ਸਾਹਮਣੇ ਬੈਠਾ ਹੁੰਦਾ ਉਹਦਾ ਫਰੈਂਡ ਹੁੰਦਾ ਉਹਨੂੰ ਕਹਿੰਦਾ ਮੈਨੂੰ ਨਕਲ ਮਰਾ ਦੇ ਯਾਰ ਉਹਨੂੰ ਸੈਂਸ ਹੋਣੀ ਚਾਹੀਦੀ ਵੀ ਮੈਂ ਕਿਹੜੇ ਕੁਐਸਚਨ ਦਾ ਕਿਹੜਾ ਆਂਸਰ ਲਿਖਣਾ ਜੇ ਉਹਨੋਂ ਸੇਮ ਹੀ ਚੀਜ਼ ਲਿਖ ਦੂਗਾ ਤਾਂ ਫਿਰ ਉਹ ਮੂਰਖ ਹੈ ਕਾਪੀ ਹੁਰਤੀ ਦਾ ਜਿਹੜੀ ਖੂਨ ਚੋਂ ਮਿਲਦੀ ਆ ਮੈਂ ਕਹਿੰਦਾ ਕੰਮ ਬੋਲ ਲੈ ਬੰਦੇ ਦਾ ਕਾਪੀ-ਕੂਪੀ ਦਾ ਕੋਈ ਜਿਆਦਾ ਇਹ ਇੰਪੋਰਟੈਂਸ ਨਹੀਂ ਰੱਖਦੀ ਮੈਨੂੰ ਪਤਾ ਨਹੀਂ ਸੀ ਮੈਂ ਇਧਰਲੀ ਸਾਈਡ ਆਉਣਾ ਗਾਉਣ ਵਾਲੇ ਪਾਸੇ ਮੈਂ ਤਾਂ ਮੇਰੀ ਮਦਰ ਕੀ ਕੀ ਸੋਚਿਆ ਸੀ ਕਿ ਮੈਂ ਕਿਸੇ ਜਾਣਾ ਅਗਰ ਗਾਉਣ ਵਾਲੇ ਨਹੀਂ ਸੋਚਿਆ ਸੀਗਾ ਮੈਨੂੰ ਤਾਂ ਜੀ ਗੱਡੀਆਂ ਦਾ ਸ਼ੌਂਕ ਸੀ ਠੀਕ ਹੈ ਵੀ ਗੱਡੀ ਜਿੱਦਾਂ ਕੋਈ ਮੈਨੂੰ ਆਇਆ ਸੀ ਮੈਂ ਗੱਡੀਆਂ ਦਾ ਕੰਮ ਸਿੱਖਾਂ ਮੈਂ ਝੂਠ ਨਹੀਂ ਬੋਲਦਾ ਹੁੰਦਾ ਪਹਿਲੇ ਦਿਨੋਂ ਕਿਉਂਕਿ ਇੱਥੇ ਆਉਣਾ ਪਾਪਾ ਜੀ ਕੋਲੇ ਟਾਰ-ਟਾਰ ਗੱਡੀਆਂ ਖੜੀਆਂ ਹੁੰਦੀਆਂ ਜੁਦੀ ਮਾਮੇ ਨੂੰ ਸ਼ੌਂਕ ਸੀ ਕਿਤੇ ਕਿਹੜੀ ਗੱਡੀ ਲਿਆਂਦੀ ਕਿਤੇ ਕਿਹੜੀ ਲਿਆਂਦੀ ਆਊਗਾ ਟਾਈਮ ਉਹ ਵੀ ਬੈਠਾ ਕਰੂਗਾ ਨਵੀਂ ਗੱਡੀ 'ਚ ਐਦਾਂ ਦੀ ਗੱਲ ਨਹੀਂ ਮੈਂ ਪੁੱਤ ਹੀ ਆ ਦਾ ਕੋਈ ਚੱਕਰ ਨਹੀਂ ਮੈਨੂੰ ਥੋੜਾ ਲੋਕਾਂ ਦਾ ਸਰੋਤਿਆਂ ਦਾ ਅਪਰੂਵਲ ਚਾਹੀਦਾ ਮੈਂ ਬਾਕੀ ਕਿਸੇ ਦੀ ਜਿਹੜੇ ਉਦਾਂ ਦੇ ਆ ਜਿਹੜੇ ਫਾਲਤੂਲੀ ਪੂਲੀ ਉਹਦੀ ਮੈਂ ਟੈਨਸ਼ਨ ਨਹੀਂ ਲੈਂਦਾ ਹੁੰਦਾ ਜਿਹੜੇ ਜਿਹੜੇ ਫ੍ਰੀ ਬੰਦੇ ਆ ਨਾ ਫ੍ਰੀ ਮਾਈਂਡਡ ਆ ਉਹ ਐਦਾਂ ਦੀਆਂ ਗੱਲਾਂ ਕਰਦੇ ਆ ਮੇਰਾ ਆਊਗਾ ਸਾਡੇ ਤੇ ਟਾਈਮ ਆਪਾਂ ਮਿਹਨਤ ਜਾਰੀ ਹੈ ਆਪਣੀ ਸੋ ਹਸਨ ਦਾ ਡਿਮਾਂਡਿੰਗ ਸਾਹਿਬ ਨਾਲ ਕੋਈ ਅਜਿਹੀ ਯਾਦਗਾਰ ਹੈਗੀ ਆ ਜੋ ਸਟੇਜ ਤੇ ਹੋਵੇ ਐਂਡ ਹਜੇ ਤੱਕ ਤੁਹਾਨੂੰ ਭੁੱਲੀ ਨਾ ਹੋਵੇ ਪਤਾ ਕੀ ਚੱਕਰ ਆ ਜੀ ਜਦੋਂ ਕਹਿੰਦੇ ਹੁੰਦੇ ਆ ਵੀ ਕੋਈ ਚੀਜ਼ ਆਪਣੇ ਅਚਾਨਕ ਸਾਹਮਣੇ ਆ ਜੇ ਜਿਹ ਤੋਂ ਅਪ ਡਰਦੇ ਹੋਈਏ ਤਾਂ ਫਿਰ ਉਹੀ ਜਾਣਦਾ ਜਿਹੜਾ ਡਰਦਾ ਹੁੰਦਾ ਸੋ ਰਾਮਾਪਿੰਡਾ ਬਲਾਸਪੁਰ ਕੋਲੇ ਉੱਥੇ ਮੈਂ ਛੋਟਾ ਜਿਹਾ ਸੀ ਮੈਂ ਚੱਲਿਆ ਗਿਆ ਪਾਪਾ ਜੀ ਆਏ ਸਾਲ ਉੱਥੇ ਪਾਪਾ ਜੀ ਨੂੰ ਇਨਵਾਈਟ ਕਰਦੇ ਸੀ ਉਹ ਤੇ ਉਹ ਜਿਹੜੇ ਕਮੇਟੀ ਵਾਲੇ ਸੀ ਉਹ ਕਹਿੰਦੇ ਵੀ ਜਿਹੜੇ ਉੱਥੇ ਗੱਦੀ ਨਸ਼ੀਨ ਸੀ ਬਾਬਾ ਜੀ ਉਹਨਾਂ ਨੂੰ ਕਹਿੰਦੇ ਵੀ ਇੱਕ ਬੱਚਾ ਆਇਆ ਛੋਟਾ ਜਾਂ ਵੀ ਉਹਨਾਂ ਗੀਤ ਗਾਉਣਾ ਵੀ ਆਪਾਂ ਲਾਦ ਗਏ ਪਹਿਲਾਂ ਵੀ ਅਜੇ ਕਿਹੜਾ ਮਜਿਸ਼ੀਨ ਆਇਆ ਕਿਉਂਕਿ ਪਹਿਲਾਂ ਪਪਾ ਜੀ ਦਾ ਮਜਿਸ਼ੀਨ ਜਾਂਦਾ ਸੀ ਫਿਰ ਐਂਕਰ ਜਾਂਦਾ ਸੀ ਫਿਰ ਪਪਾ ਜੀ ਜਾਂਦੇ ਜਦੋਂ ਐਂਟਰੀ ਹੁੰਦੀ ਸੀ ਇਹਨਾਂ ਦੀ ਤੇ ਮੈਂ ਕੁਦਰਤ ਰੱਬ ਦੀ ਜਦੋਂ ਸਰਜੀਤ ਜੱਗਾ ਮੋਡੂਲਮ ਪਲੇ ਕਰਦੇ ਸੀ ਨਾਲ ਇਹਨਾਂ ਦੇ ਅਸੀਂ ਮੈਂ ਜਿੰਨੇ ਉਹਨਾਂ ਦਾ ਮਜਿਸ਼ੀਨ ਜਾਂਦੇ ਸੀ ਅਸੀਂ ਮਾਮਾ ਜੀ ਨੂੰ ਕਹਿੰਦੇ ਸੀ ਸਾਰਿਆਂ ਨੂੰ ਕਿਉਂਕਿ ਸਾਡੀ ਮਦਰ ਨੂੰ ਸਾਰਿਆਂ ਨੂੰ ਭੈਣ ਦੀ ਭੈਣ ਜਿੱਦਾਂ ਨ ਤੇ ਮੈਂ ਜਦੋਂ ਮੈਨੂੰ ਪਤਾ ਲੱਗਿਆ ਵੀ ਮਾਨਕ ਪਪਾ ਜੀ ਦੀ ਗੱਡੀ ਆ ਗਈ ਮੈਂ ਜਿਹੜਾ ਰੋਜਾ ਸ਼ਰੀਫ ਸੀ ਦਰਗਾਹ ਸੀ ਜਿਹੜੀ ਬਾਬਾ ਜੀ ਦੇ ਪਤੰਦਰ ਅੰਦਰ ਵੜ ਕੇ ਪੈਗਾ ਖੁੰਝੇ ਲਾ ਕੇ ਮੈਂ ਤਾਂ ਡਰ ਗਿਆ ਮੈਂ ਵੀ ਆ ਗਿਆ ਪਤੰਦਰ ਹੁਣ ਕੀ ਬਣੂਗਾ ਤੇ ਉਹ ਮੈਨੂੰ ਕਮੇਟੀ ਵਾਲੇ ਕਹਿੰਦੇ ਤੂੰ ਚੱਲ ਸਟੇਜ ਤੇ ਵੀ ਤੂੰ ਗਾ ਮੈਂ ਮੈਂ ਤਾਂ ਨਹੀਂ ਜਾਂਦਾ ਵੀ ਮੈਨੂੰ ਡਰ ਲੱਗਦਾ ਉਹ ਫਿਰ ਜੱਗੇ ਕੋਲੇ ਆਏ ਉਹ ਕਹਿੰਦੇ ਵੀ ਯਾਰ ਤੂੰ ਲੈ ਕੇ ਆ ਵੀ ਉਹ ਬੱਚਾ ਇੱਕ ਅੰਦਰ ਬੈਠਾ ਵੀ ਉਹ ਤਾਂ ਗੀਤ ਸੁਣਨਾ ਜਦੋਂ ਮੇਰੇ ਮੱਥੇ ਲੱਗਾ ਕਹਿੰਦਾ ਤੂੰ ਇੱਥੇ ਕਿਵੇਂ ਮੈਂ ਕਹਾਂ ਜੀ ਵੀ ਮੈਂ ਆ ਗਿਆ ਇੱਥੇ ਕੌਣ ਉਹ ਸਟੇਜ ਤੇ ਲਿਆਏ ਮੈਂ ਆਪਦੇ ਆਪ ਨੂੰ ਇਸ ਗੱਲ ਨੂੰ ਸਮਝਦਾ ਮੇਰਾ ਬਚਾਅ ਹੋ ਗਿਆ ਉਸ ਦਿਨ ਪਹਿਲੀ ਵਾਰੀ ਉਹਨਾਂ ਨੇ ਮੈਨੂੰ ਸਟੇਜ ਤੇ ਦੇਖਿਆ ਤੇ ਮੈਕਚ ਫਿਰ ਉਹਨਾਂ ਨੇ ਅਨਾਉਂਸ ਕੀਤਾ ਕਹਿੰਦਾ ਵੀ ਦੋਤਾ ਮੇਰਾ ਇਹਨੂੰ ਸੁਣੋ ਨਾਲੇ ਤਾਂ ਮੈਂ ਡਰਾਂ ਪਿੱਛੋਂ ਵੀ ਪਤਾ ਨਹੀਂ ਕੀ ਬੋਲਣਗੇ ਮਾਰ ਲੈਣਾ ਕਿਚੀ ਚ ਕਿਉਂਕਿ ਬੇਖੌਫ ਇਨਸਾਨ ਸੀ ਘੈਂਟ ਬੰਦਾ ਜਿਹਨੂੰ ਕਹਿੰਦੇ ਪੱਥਮ ਬੰਦਾ ਤੇ ਕੀ ਹੋਇਆ ਮੈਂ ਪੂਰੀ ਵਾਰ ਬਾਬਾ ਬੰਦਾ ਸਿੰਘ ਬਹਾਦਰ ਮੈਂ ਉਹ ਗਾਤੀ ਫਿਰ ਮੈਨੂੰ ਪੈਸੇ ਦਿੱਤੇ ਫਿਰ ਉਹਨੂੰ ਜੱਗੇ ਨੂੰ ਕਹਿੰਦਾ ਵੀ ਜਿਹੜਾ ਪਿੱਛੇ ਕੋਰਸ ਤੇ ਮਾਈਕ ਲੱਗਿਆ ਹੋਇਆ ਉਹਨੂੰ ਨੀਵਾ ਕਰ ਉਹ ਸਟੈਂਡ ਨੂੰ ਮੇਰੀ ਹਾਈਟ ਛੋਟੀ ਆ ਕਹਿੰਦੇ ਵੀ ਇਹ ਨਾਲ ਕੋਰਸ ਬੋਲੂਗਾ 2005 ਦੀ ਗੱਲ ਹੈ ਮੈਂ ਜਿੰਨਾ ਟਾਈਮ ਮੇਰੇ ਸਾਹ ਚੱਲਦੇ ਹੈ ਮੈਂ ਗੱਲ ਨਹੀਂ ਭੁੱਲ ਸਕਦਾ ਸੋ ਸੋ ਸਭ ਜਾਣਦੇ ਆ ਕਿ ਉਹਨਾਂ ਨੂੰ ਕਲੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਸੀ ਸੋ ਇੱਕ ਕਲੀ ਹੋ ਜੇ ਹਾਂਜੀ ਹਾਈ ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ ਟਿੱਲੇ ਪਈਏ ਹੋ ਨੱਕ ਵਿੱਚ ਦਮ ਕਰਕੇ ਰਹੀਏ ਐਵੇਂ ਕੋਈ ਲਿਆਉਂਦਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਇੱਕ ਵਾਰੀ ਲੰਗਿਆ ਵੇਲਾ ਸੋਏ ਬੁਲੰਦ ਆਵਾਜ਼ ਦਾ ਰਾਜ ਜਾਣ ਸਕਦੇ ਆ I mean diet ਜਾਣ ਸਕਦੇ ਆ ਤੁਸੀਂ ਕੀ ਹੈ ਤੁਹਾਡੀ diet ਜੇ ਤੁਸੀਂ ਸਿਹਤ ਵੱਲ ਜਾਓ ਤਾਂ ਦੇਖਣ ਵਾਲਾ ਕਹਿੰਦਾ ਵੀ ਇਹ ਬੰਦਾ ਮਰੀਜ਼ ਹੋਊ ਕਿਤੇ ਬਿਮਾਰੀ ਤੋਂ ਸੋ ਡਾਈਟ ਹੈ ਵੀ ਮੇਰੀ ਮਾਂ ਜਿਹੜੀ ਮਾਵਾਂ ਤਾਂ ਸਾਰੀਆਂ ਚੰਗੀਆਂ ਹੁੰਦੀਆਂ ਪਰ ਮੈਂ ਰੱਬ ਤੋਂ ਪਹਿਲਾਂ ਜਿਹੜਾ ਦਰਜਾ ਮੇਰਾ ਉਹ ਮੇਰੀ ਮਾਂ ਦਾ ਹੈ ਮੇਰੀ ਮਾਂ ਨੇ ਜਿੱਦਾਂ ਦੇ ਵੀ ਦਿਨ ਜਿੱਦਾਂ ਦਾ ਵੀ ਟਾਈਮ ਉਹਨੇ ਮੈਨੂੰ ਨੇ ਪਤਾ ਕਿੱਦਾਂ ਦੀ ਕੰਡੀਸ਼ਨ ਚ ਹੋ ਰਹੇ ਆ ਬਟ ਮੇਰੀ ਜਿਹੜੀ ਡਾਈਟ ਸੀ ਜਿਹੜੀਆਂ ਮੈਨੂੰ ਚੀਜ਼ਾਂ ਚਾਹੀਦੀਆਂ ਸੀ ਉਹ ਮੈਨੂੰ ਹੁਣ ਤੱਕ ਜਾਨੀ ਦੀ ਉਹਨਾਂ ਨੇ ਉਹ ਫੈਸਿਲਿਟੀਆਂ ਮੇਰੇ ਨਾਲ ਉਹ ਚੱਲੀ ਆ ਰਹੀ ਆ ਕਦੇ ਹੋਲਡ ਨਹੀਂ ਹੋਈ ਮੇਰੀ ਮਾਂ ਦਾ ਬਹੁਤ ਵੱਡਾ ਯੋਗਦਾਨ ਆ ਮੇਰੇ ਗਲੇ ਮੈਂ ਤਾਂ ਚਲੋ ਕੌਣ ਐ ਮੈਨੂੰ ਇਸ ਸਾਈ ਰੂਪ ਚ ਰੱਖਣ ਦੇ ਲਈ ਮੇਰੀ ਮਾਂ ਦਾ ਬਹੁਤ ਵੱਡਾ ਯੋਗਦਾਨ ਆ ਐਂਡ ਮੇਰੇ ਬ੍ਰਦਰ ਦਾ ਸਮਰਾਨ ਖਾਨ ਦਾ ਹਾਂਜੀ ਸੋ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਹਸਨ ਸਾਨੂੰ ਆਪਣਾ ਟਾਈਮ ਦੇਣ ਦੇ ਲਈ ਸੋ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਵੀ ਜੋਗ ਜੋਗੀ ਚੱਲਦੇ ਭਲੇ ਨਗਰੀ ਵਸਦੀ ਭਲੇ ਤਰ੍ਹਾਂ ਤਰ੍ਹਾਂ ਦੀ ਦੁਨੀਆ ਆਉਂਦੀ ਹੈ ਤਰ੍ਹਾਂ ਤਰ੍ਹਾਂ ਦੇ ਲੋਕ ਹੋ ਹੋ ਚਲੇ ਗਏ ਪਰ ਚੰਗੀ ਚੀਜ਼ ਸੁਣੋ ਚੰਗੇ ਲੋਕਾਂ ਨੂੰ ਪਿਆਰ ਕਰੋ ਬਾਕੀ ਗੱਲ ਰਹੀ ਮੇਰੀ ਮੈਨੂੰ ਸਾਰਿਆਂ ਤੋਂ ਅਹੀ ਉਮੀਦ ਆ ਵੀ ਤੁਸੀਂ ਮਾਨਕ ਸਾਹਿਬ ਕਰਕੇ ਇਸ ਨਿਮਾਣੇ ਜੇ ਬੰਦੇ ਨੂੰ ਪ੍ਰਵਾਨ ਕਰੋਗੇ ਕਿਉਂਕਿ ਸਾਡੀ ਫੈਮਲੀ ਨੂੰ ਕਹਿ ਸਕਦੇ ਆ ਵੀ ਇੱਕ ਹੁਣ ਲਾਸਟ ਜਿਹੜਾ ਪੁਆਇੰਟ ਆ ਉਹ ਮੇਰੇ ਤੇ ਆ ਕੇ ਰੁਕ ਗਿਆ ਵਾ ਸਾਰੇ ਨੂੰ ਮੇਰੇ ਤੇ ਉਮੀਦ ਆ ਵੀ ਇਹ ਕੀ ਕਰੂਗਾ ਅੱਗੇ ਮੈਂ ਮੇਰਾ ਮੂਜੇ ਮੈਂ ਕੁਝ ਨਹੀਂ ਹੈ ਨਾ ਮੈਂ ਕੁਝ ਨਹੀਂ ਕਰ ਸਕਦਾ ਜੇ ਲੋਕ ਮੇਰੇ ਨਾਲ ਹੈ ਮੀਡੀਆ ਮੇਰੇ ਨਾਲ ਰੋਜ਼ਾਨਾ ਸਪੋਕਸਮੈਨ ਦੀ ਸਾਰੀ ਟੀਮ ਮੇਰੇ ਨਾਲ ਹੈ ਤਾਂ ਮੈਂ ਛੇਤੀ ਸਕਸੈਸਫੁਲ ਹੋ ਜਾਊਗਾ ਸੋ ਇਸਨ ਸਾਡੇ ਨਾਲ ਹਸਨ ਮਾਨਿਕ ਜਿਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਦੱਸਿਆ ਇਹ ਉਹ ਨੇ ਜਿਨ੍ਹਾਂ ਨੂੰ ਇੰਦੀ ਬਿਲਿੰਗ ਦੀ ਤਲਾਸ਼ ਕੇ ਲੱਗੇ ਆਏ ਨੇ ਇੱਕ ਹੀਰਾ ਨੇ ਜੋ ਕਿ ਅੱਗੇ ਜਾ ਕੇ ਬਹੁਤ ਹੀ ਬੁਲੰਦੀਆਂ ਛੂਣਗੇ ਸੋ ਇਸੇ ਤਰ੍ਹਾਂ ਅਸੀਂ ਹੋਰ ਅਪਡੇਟ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਾਵਾਂਗੇ ਤਦ ਤੱਕ ਲਈ ਮੈਨੂੰ ਦਿਓ ਆਗਿਆ ਧੰਨਵਾਦ